ਪੰਜਾਬ ਵਿੱਚ ਲਗਾਤਾਰ ਹੀ ਬੇਅਦਬੀ ਦਾ ਦੌਰ ਜਾਰੀ ਹੈ ਅਤੇ ਹੁਣ ਇਸ ਵਾਰ ਬੇਅਦਬੀ ਕਿਸੇ ਵਿਅਕਤੀ ਵੱਲੋਂ ਨਹੀਂ ਸਗੋਂ ਪੁਲਿਸ ਥਾਣੇ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਡੀ ਡਿਵੀਜ਼ਨ ਥਾਣੇ ਦਾ ਜਿੱਥੇ ਕਿ ਪੁਲਿਸ ਕਰਮਚਾਰੀਆਂ ਵੱਲੋਂ ਸਫਾਈ ਦੇ ਨਾਮ ਤੇ ਵਾਲਮੀਕਿ ਭਗਵਾਨ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਰਸਤੇ ਵਿੱਚ ਇੱਕ ਦਰਖਤ ਹੇਠਾਂ ਰੱਖ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਵਾਲਮੀਕਿ ਸਮਾਜ ਅਤੇ ਬਾਬਾ ਸਾਹਿਬ ਅੰਬੇਦਕਰ ਐਕਸ਼ਨ ਟੀਮ ਵੱਲੋਂ ਇਸ ਤੇ ਇਤਰਾਜ਼ਯੋਗ ਥਾਣੇ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਬਾਬਤ ਗੱਲਬਾਤ ਕਰਦੇ ਹੋਏ ਨੀਤੀ ਗੇਲ ਮਣੀ ਨੇ ਦੱਸਿਆ ਕਿ ਜਦੋਂ ਕੋਈ ਆਮ ਵਿਅਕਤੀ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀਆਂ ਬੇਅਦਬੀ ਕਰਦਾ ਹੈ ਤਾਂ ਉਸ ਦੇ ਖਿਲਾਫ ਪੁਲਿਸ ਅਧਿਕਾਰੀਆਂ ਵੱਲੋਂ 295A ਦਾ ਪਰਚਾ ਦਰਜ ਕੀਤਾ ਜਾਂਦਾ ਹੈ। ਲੇਕਿਨ ਹੁਣ ਖੁਦ ਹੀ ਪੁਲਿਸ ਅਧਿਕਾਰੀਆਂ ਵੱਲੋਂ ਸਾਡੇ ਗੁਰੂ ਮਹਾਰਾਜ ਦੀ ਤਸਵੀਰ ਨੂੰ ਬਾਹਰ ਰੱਖਿਆ ਗਿਆ ਜੋ ਕਿ ਇੱਕ ਬੇਅਦਬੀ ਹੈ। ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਉਸ ਪੁਲਿਸ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ ਜਿਸ ਨੇ ਇਸ ਬੇਅਦਬੀ ਕੀਤੀ ਹੈ, ਉਨੀ ਦੇਰ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਪੁਲਿਸ ਅਧਿਕਾਰੀਆਂ ਵੱਲੋਂ ਗੁਰੂ ਮਹਾਰਾਜ ਦੀਆਂ ਤਸਵੀਰਾਂ ਨਹੀਂ ਸਮਝੀਆਂ ਜਾ ਸਕਦੀਆਂ ਤਾਂ ਉਹ ਥਾਣੇ ਨੂੰ ਸਾਡੇ ਹਵਾਲੇ ਕਰ ਦੇਣ, ਅਸੀਂ ਖੁਦ ਇਸ ਜਗ੍ਹਾ ਤੇ ਭਗਵਾਨ ਵਾਲਮੀਕਿ ਜੀ ਦਾ ਮੰਦਰ ਬਣਾ ਦੇਵਾਂਗੇ। ਅਸੀਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਵੱਲੋਂ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਬਾਬਾ ਸਾਹਿਬ ਅੰਬੇਦਕਰ ਅਤੇ ਭਗਵਾਨ ਵਾਲਮੀਕਿ ਜੀ ਦੀਆਂ ਤਸਵੀਰਾਂ ਭੇਂਟ ਕੀਤੀਆਂ ਜਾਂਦੀਆਂ ਹਨ। ਜੇ ਇਹਨਾਂ ਨੇ ਤਸਵੀਰਾਂ ਦੀ ਬੇਅਦਬੀ ਕਰਨੀ ਹੈ ਤਾਂ ਇਹਨਾਂ ਨੂੰ ਤਸਵੀਰਾਂ ਦੀ ਕੀ ਲੋੜ ਹੈ? ਬਿਊਰੋ ਰਿਪੋਰਟ। ਜੀ ਭਾਈ ਕੀ ਨਾਮ ਆਪਣਾ ਜੀ? ਮੇਰਾ ਨਾਮ ਨਿਤਿਨ ਕਿਮਲਣੀ। ਹਾਂਜੀ, ਕੀ ਗੱਲਬਾਤ ਹੋਈ ਜਿਹੜਾ ਧਰਨਾ ਲਾਣਾ ਪਿਆ? ਫਿਰ ਜੀ ਅੱਜ ਧਰਨਾ ਲਾਣਾ ਪਿਆ ਕਿ ਜਿਹੜਾ ਆਪਾਂ ਪਹਿਲੋਂ 4 ਹਫ਼ਤੇ ਪਹਿਲੋਂ ਧਰਨਾ ਲਾਇਆ ਸੀ ਉਹਦੀ ਖੁੰਦਕ ਕੱਢ ਕੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਇਸਤਾਂ ਦੀਆਂ ਫੋਟੋਆਂ ਬਾਹਰ ਸੁੱਟ ਦਿੱਤੀਆਂ। ਜਦੋਂ ਅੱਜ ਦੇਖਿਆ ਗਿਆ ਤੇ ਬਾਅਦ ਚੋਂ ਕਹਿੰਦੇ ਆ ਕਿ ਪਤਾ ਨਹੀਂ ਲੱਗਾ, ਕੈਮਰੇ ਬੰਦ ਸੀ, ਸਾਨੂੰ ਪਤਾ ਨਹੀਂ ਬੰਦਾ ਕਿੰਨੇ ਸੁੱਟਿਆ। ਜੇ ਤੁਹਾਡੇ ਕੋਈ ਰਿਵਿਊ ਡਿਊਟੀ ਚੱਲਦੀ ਪਈ ਸੀ, ਜਿਹੜੇ 2 ਮੁਲਾਜ਼ਮ ਅੰਦਰ ਮੌਜੂਦ ਸੀ ਉਹਨਾਂ ਦੇ ਪਰਚਾ ਦਰਜ ਕਰੋ ਨਾ, ਜਿਨ੍ਹਾਂ ਨੇ ਸਾਡੇ ਮਹਾਰਾਜ ਦੀਆਂ ਫੋਟੋਆਂ ਅੰਦਰੋਂ SHO ਦੇ ਕਮਰੇ ਤੋਂ ਬਾਹਰ ਕੱਢੀਆਂ, ਬਾਹਰ ਕਢਾ ਕੇ ਤੇ ਉੱਥੇ ਸਟਵਾਈਆਂ। ਇਹ ਪੂਰੀ ਬੇਅਦਬੀ ਵਾਲਮੀਕਿ ਮਹਾਰਾਜ ਦੀ ਹੋਈ ਆ, ਇਹਦਾ ਇਨਸਾਫ ਲੈਣ ਜਾਂਦੇ ਹਾਂ। ਅਤੇ ਕਿਤੇ ਨਾ ਕਿਤੇ ਅਧਿਕਾਰੀਆਂ ਦਾ ਫੋਨ ਆ ਜਾਂਦਾ, ਸਵੇਰੇ ਪਰਚਾ ਕਰ ਦਾਂਗੇ, ਪਰਸੋਂ ਪਰਚਾ ਕਰ ਦਾਂਗੇ, ਇਹ ਕਰ ਦਾਂਗੇ, ਵੋ ਕਰ ਦਾਂਗੇ। ਕਿਉਂ ਸਾਡੇ ਇਸਤਾਂ ਨੂੰ ਤੁਸੀਂ ਇੰਸਟੈਂਟਲੀ ਕਾਰਵਾਈ ਨਹੀਂ ਕਰ ਸਕਦੇ ਇਸ ਦੀ ਬੇਅਦਬੀ ਦੇ ਉੱਤੇ? ਬਾਕੀਆਂ ਵਾਰੀ ਤਾਂ ਤੁਹਾਡੇ ਕੋਲ ਮਿੰਟੋ ਮਿੰਟ ਬੰਦੇ ਵੀ ਚੁੱਕੋ ਜਾਂਦੇ, ਫੜੇ ਵੀ ਜਾਂਦੇ ਆ, ਲੇਕਿਨ ਤੁਸੀਂ ਸਾਡੇ ਈਸਟ ਵਾਰੀ ਇੱਦਾਂ ਕਰਦੇ ਹੋ, ਕਿਤੇ ਨਾ ਕਿਤੇ ਤੁਹਾਡੇ ਮਨ 'ਚ ਭਾਵਨਾ ਹੈਗੀ ਆ। ਜੇ ਤਾਂ ਕਾਰਵਾਈ ਕਰਦੇ ਠੀਕ ਆ, ਨਹੀਂ ਤਾਂ ਬੈਠੇ ਆ। ਜੇ ਸਮਾਜ ਨੇ ਆਪਣੇ ਈਸਟਾਂ ਦੀਆਂ ਬਦਨਾਮੀਆਂ ਹੀ ਕਰਾਉਣੀਆਂ ਆ ਤੇ ਉਹ ਆਪਣੀਆਂ ਚੌਧਰੀਆਂ ਦਾ ਟੈਗ ਲਾਉਣਾ ਬੰਦ ਕਰ ਦੇਣ। ਤੁਸੀਂ ਜੇ ਈਸਟ ਲਈ ਖੜ ਨਹੀਂ ਸਕਦੇ ਤੇ ਤੁਸੀਂ ਈਸਟ ਤੋਂ ਕਮਾ ਵੀ ਨਹੀਂ ਸਕਦੇ। ਮੇਰੀ ਬੇਨਤੀ ਆ ਸਮਾਜ ਨੂੰ, ਅੱਜ ਈਸਟ ਦੀ ਬੇਅਦਬੀ ਹੋਈ ਆ, ਕੱਲ੍ਹ ਤੁਹਾਡੇ ਮੰਦਰਾਂ 'ਚ ਵੜਨਗੇ, ਤੁਹਾਡੇ ਘਰਾਂ 'ਚ ਵੜਨਗੇ, ਦਾਸੀ ਪ੍ਰਥਾ ਫਿਰ ਚੱਲੇਗੀ, ਮਨੂਵਾਦ ਦੀ ਸਥਿਤੀ ਫਿਰ ਆਏਗੀ। ਲੇਕਿਨ ਤੁਹਾਨੂੰ ਆਪ ਜਾਗਣਾ ਪੈਣਾ, ਤੁਹਾਡੀ ਜਿਹੜੀ ਚੁੱਪੀ ਆ ਨਾ, ਸਮਾਜ ਦੇ ਹਾਲਾਤ ਇਹ ਕਰਕੇ ਬੈਠੀ ਆ, ਤੁਹਾਡੀ ਚੁੱਪੀ ਨੂੰ ਕੱਢਣਾ ਪੈਣਾ। ਬਾਬਾ ਸਾਹਿਬ ਦਾ Article 19 ਰਾਈਟ ਟੂ ਸਪੀਚ, ਰਾਈਟ ਟੂ ਐਜੂਕੇਸ਼ਨ ਵਰਤਣਾ ਪੈਣਾ। ਪਤਾ ਨਹੀਂ ਸਮਾਜ ਦੇ ਲੀਡਰਾਂ ਨੇ ਕਿੱਥੇ ਜਾ ਕੇ ਲੀਡਰੀਆਂ ਕਰ ਛੱਡੀਆਂ, ਬਹਿੰਦੇ ਕਿਉਂ ਨਹੀਂ ਸੜਕਾਂ ਦੇ? ਕਿਹੜੇ ਪ੍ਰਸ਼ਾਸਨ ਘਰੇ ਮਾਜੇ ਹੋਏ ਪਏ ਆ? ਕਿਉਂ ਡਰਦੇ ਆ? ਜੇ ਤੁਹਾਡੇ ਤੋਂ ਉਮੀਦ ਨਾ ਨਾ ਈਸਟ ਦੀ ਰੱਖੀਏ, ਕਿ ਈਸਟ ਦੀ ਜਿਹੜਾ ਇਨਸਾਫ ਆ ਤੁਹਾਡੇ ਕੋਲ ਉਮੀਦ ਨਾ ਰੱਖੀਏ, ਤਾਂ ਫਿਰ ਤਾਂ ਭਾਅ ਜੀ ਤੁਹਾਡੇ ਅੱਗੇ ਕੁੱਲ ਵੀ ਖਤਮ ਹੋ ਜਾਣਗੇ। ਮੇਰੀ ਸਾਰੇ ਸਮਾਜ ਨੂੰ ਬੇਨਤੀ ਆ, ਇਸ ਮੁੱਦੇ ਨੂੰ ਵੱਡੇ ਲੈਵਲ 'ਤੇ ਪਕੜਾਇਆ ਜਾਵੇ ਅਤੇ G20 ਛੱਡ ਕੇ ਪੰਜਾਬ ਬੰਦ ਦੀ ਕੌਲ ਦਿੱਤੀ ਜਾਵੇ। ਜੈ ਭੀਮ ਪੰਜਾਬ। ਕੀ ਕਾਰਨ ਕੀ ਸਮਝਦੇ ਥਾਣੇ ਦੇ CCTV ਕੈਮਰੇ ਬੰਦ ਹੋਣ? ਕਿੰਨੀ ਮਾੜੀ ਗੱਲ। ਕਾਰਨ ਇਹ ਸੀ, ਕਹਿੰਦੇ ਸੋਮਵਾਰ ਦਾ ਕੱਟ ਆ, ਲੇਕਿਨ ਜਿਹੜੇ ਥਾਣੇਦਾਰ ਚੁਕੰਨੇ ਦੇ ਹੋਣ, ਤੁਸੀਂ ਇੱਥੇ ਚੋਰੀਆਂ ਰੋਕਦੇ ਹੋ, ਤੁਸੀਂ ਕ੍ਰਾਈਮ ਰੋਕਦੇ ਹੋ, ਲੇਕਿਨ ਥਾਣੇ ਦੇ ਵਿੱਚ ਆਣ ਕੇ ਬੇਸੁਰਤ ਹੋ ਕੇ ਬਹਿ ਜਾਂਦੇ ਹੋ। ਤੁਹਾਨੂੰ ਆਪਣੀ ਸੁਰਤ ਦੇ ਹਿਸਾਬ ਨਾਲ ਕੰਮ ਕਰਨਾ ਪੈਣਾ। ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਈਸਟਾਂ ਦੀਆਂ ਫੋਟੋਆਂ ਬਾਹਰ ਜਾ ਰਹੀਆਂ, ਲੇਕਿਨ ਜਦੋਂ ਅਸੀਂ ਰੌਲਾ ਪਾਉਂਦੇ ਹਾਂ ਤਾਂ SHO ਸਾਹਿਬ ਕੋਈ ਨਾਟਕ ਕਰਦੇ, ਆਣ ਕੇ ਮਨੂਵਾਦ ਦੀ ਜਿਹੜੀ ਸੋਚ ਰੱਖ ਕੇ ਬੈਠੇ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ SHO ਨੇ ਪਰਸਨਲੀ ਗੁੰਦੀ ਕੱਢੀ ਕਿ ਹਫ਼ਤਾ ਪਹਿਲੇ ਉਹਦੇ ਪਿੱਛੇ ਇੱਥੇ ਨਾਕਾ ਲਾਇਆ ਅਤੇ SC ST Act ਦਾ ਪਰਚਾ ਕਟਾਇਆ ਸੀ, ਇੱਥੇ ਹੀ ਧਰਨਾ ਲਾ ਕੇ SC ST Act ਦਾ ਪਰਚਾ ਕਟਾਇਆ ਅਤੇ SHO ਨੇ ਪਰਸਨਲ ਗੁੰਦਾ ਕੱਢੀ ਆ ਕਿ ਵਾਲਮੀਕਿ ਸਮਾਜ ਦੇ ਜਿਹੜੇ ਨੁਮਾਇੰਦਿਆਂ ਨੂੰ ਠੇਸ ਪਹੁੰਚਾਉਣ ਲਈ ਵਾਲਮੀਕਿ ਮਹਾਰਾਜ ਦੀ ਜਿਹੜੀ ਫੋਟੋ ਆ ਉੱਥੇ ਰੱਖੀ ਗਈ, ਇਹ ਇੱਕ ਵੱਡਾ ਕਾਰਨ ਹੈਗਾ। ਜਿਹੜੀ ਫੋਟੋ ਆ ਥਾਣੇ ਅੰਦਰੋਂ ਆਈਆਂ ਬਾਹਰ ਜੀ? ਹਾਂਜੀ, ਥਾਣੇ ਅੰਦਰੋਂ ਬਾਹਰ ਆਈਆਂ, ਲੇਕਿਨ ਹੁਣ ਪਤਾ ਨਹੀਂ ਲੱਗ ਰਿਹਾ ਕਿ ਕਹਿੰਦੇ ਕਿ ਵਾਲਮੀਕਿ ਮਹਾਰਾਜ ਦੀ ਫੋਟੋਆਂ ਕੌਣ ਲੈ ਗਿਆ, ਸ਼ਿਆਸਤ ਤੁਹਾਡੇ ਨਾਲ ਖੇਡਦੇ ਆ, ਜਾ ਕੇ ਦੇਣ ਜਿਹੜਾ ਸੰਤਰੀ ਬਾਹਰ ਖਲੋਤਾ ਹੁੰਦਾ ਉਹਨੂੰ ਪੁੱਛਣ, ਜੇ ਕਲੀਆਂ ਹੋ ਰਹੀਆਂ ਥਾਣੇ 'ਚ ਜਿਹਦੀ ਜ਼ਿੰਮੇਵਾਰੀ ਲੱਗੀ ਉਹਨੂੰ ਪੁੱਛਣ ਨਾ ਯਾਰ, ਕਿਉਂ ਨਹੀਂ ਤੁਸੀਂ ਮੁਲਾਜ਼ਮ ਬੁਲਾ ਰਹੇ? ਤੁਸੀਂ ਮੁਲਾਜ਼ਮ ਬੁਲਾ ਕੇ ਪੁੱਛੋ ਅਤੇ ਕਾਰਵਾਈ ਤੋਰੋ। ਲੇਕਿਨ ਕਹਿੰਦੇ ਕਾਰਵਾਈ ਸਵੇਰੇ ਕਰ ਦਾਂਗੇ, ਹੁਣ ਦਰਜ ਕਰ ਦਿੰਦੇ ਹਾਂ ਅਤੇ ਸਵੇਰੇ ਤੁਹਾਨੂੰ FIR ਦੇ ਦੇਣਗੇ। ਇਹ ਕਦੀ ਬਰਦਾਸ਼ਤ ਨਹੀਂ ਹੋਏਗਾ, ਇੰਸਟੈਂਟਲੀ ਕਾਰਵਾਈ ਹੋਏਗੀ। ਮਨੀ ਗਿੱਲ ਪਹਿਲੋਂ ਵੀ ਖਲੋਤਾ ਸੀ, ਅੱਜ ਵੀ ਖੜਾ ਹੈ ਅਤੇ ਕੱਲ੍ਹ ਵੀ ਖੜਾ ਰਹੇਗਾ। ਜੇ ਇਨਸਾਫ ਨਹੀਂ ਮਿਲਦਾ ਅਗਲਾ ਸਟੈਪ ਕੀ ਹੋਏਗਾ? ਅਗਲਾ ਸਟੈਪ ਇਹੀ ਆ, ਪੰਜਾਬ ਬੰਦ ਦੀ ਕੌਲ ਦੇਵਾਂਗੇ ਸਾਰੀ ਜਥੇਬੰਦੀਆਂ ਨੂੰ ਲੈ ਕੇ। ਜੇ ਨਹੀਂ ਕਰਦੇ, ਕਰਨਾ ਤਾਂ ਇਹਨਾਂ ਨੂੰ ਪੈਣਾ ਹੀ ਆ ਕਿਉਂਕਿ ਇਸਤ ਦੀ ਬੇਅਦਬੀ ਹੋਈ ਆ। ਜੇ ਨਹੀਂ ਕਰਦੇ ਤਾਂ ਫਿਰ ਥਾਣੇ ਨੂੰ ਮੈਂ ਆਪ ਆਣ ਕੇ ਤਾਲਾ ਮਾਰਾਂਗਾ ਅਤੇ ਇਹਨਾਂ ਨੂੰ ਕਹਾਂਗਾ ਤੁਹਾਡੀ ਬੈਠਣ ਦੀ ਲੋੜ ਨਹੀਂ ਹੈਗੀ,
ਤੁਸੀਂ ਜਾਓ ਆਪਣੇ ਘਰਾਂ 'ਚ, ਤੁਹਾਡੇ ਰਾਜ 'ਚ ਬੇਅਦਬੀ ਆਉਣ, ਤੁਹਾਡੇ ਰਾਜ 'ਚ ਧੀਆਂ ਦੀ ਇੱਜ਼ਤਾਂ ਲੁੱਟਣ, ਤੁਹਾਡੇ ਰਾਜ 'ਚ ਚੋਰੀਆਂ ਆਉਣ, ਤੁਹਾਡੇ ਰਾਜ 'ਚ ਕਤਲ ਹੋਣ, ਅਤੇ ਤੁਹਾਡੇ ਥਾਣੇ 'ਚ ਬੈਠਣ ਦਾ ਕੀ ਫਾਇਦਾ? ਇੰਨਾ ਚੰਗਾ ਜਨਤਾ ਨੇ ਆਪ ਹੀ ਕ੍ਰਾਈਮ ਕਰੇ ਜਾਣੇ ਆ, ਅਤੇ ਆਪ ਹੀ ਐਫ ਆਈ ਆਰ ਦਰਜ ਨਹੀਂ ਤੁਹਾਡੇ ਵੱਲੋਂ ਹੋਣੀਆਂ, ਕਾਰਵਾਈਆਂ ਨਹੀਂ ਹੋਣੀਆਂ, ਅਤੇ ਫਿਰ ਇਹਨੂੰ ਬੰਦ ਕਰ ਦਾਂਗੇ ਨਾ ਪਰਮਾਨੈਂਟਲੀ, ਫਿਰ ਬੰਦ ਕਰਕੇ ਵਾਲਮੀਕੀ ਮਹਾਰਾਜ ਦੀ ਫੋਟੋ ਲਾ ਕੇ ਇਹਨੂੰ ਵਾਲਮੀਕੀ ਮਹਾਰਾਜ ਦਾ ਮੰਦਰ ਬਣਾਇਆ ਜਾਏਗਾ। ਜੈ ਭੀਮ ਅਤੇ ਜੈ ਸਤਿ ਸ਼੍ਰੀ ਅਕਾਲ। ਇਹਦੇ ਵਿੱਚ ਇਹਨਾਂ ਨੇ ਧਰਨਾ ਲਾਇਆ ਸੀ ਕਿ ਆਪਣਾ ਥਾਣੇ ਦੇ ਸਾਈਡ 'ਤੇ ਕਿਤੇ ਦਰੱਖਤ ਹੇਠਾਂ ਫੋਟੋਆਂ ਗੁਰੂ ਮਹਾਰਾਜ ਦੀਆਂ ਪਈਆਂ ਹੋਈਆਂ ਸਨ, ਅਤੇ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਵੀ ਇਸ ਸੰਬੰਧੀ ਜਿਹੜੀ ਉਹ ਕਾਰਵਾਈ ਕੀਤੀ ਜਾਏ, ਜੋ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਜੀ। ਨਹੀਂ, ਹੁਣ ਇਹਦੇ ਵਿੱਚ ਇਹ ਹਜੇ ਤਫਤੀਸ਼ ਦਾ ਵਿਸ਼ਾ ਵਾ ਵੀ ਥਾਣਿਓਂ ਬਾਹਰ ਆਈਆਂ ਜਾਂ ਕਿਸੇ ਨੇ ਜਾਣ ਬੁੱਝ ਕੇ ਸੋਚੀ ਸਮਝੀ ਸ਼ਾਇਦ ਤਹਿਤ ਇਹ ਰੱਖੀਆਂ ਗਈਆਂ, ਫਿਰ ਵੀ ਅਸੀਂ ਤਫਤੀਸ਼ ਕਰ ਰਹੇ ਹਾਂ, ਜੋ ਵੀ ਹੈ ਵੀ ਕਾਰਵਾਈ ਕੀਤੀ ਜਾਵੇਗੀ ਜੀ। ਹਾਂਜੀ, ਉਠਾ ਦਿੱਤਾ।